ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਬਰਿੰਦਰ ਕੁਮਾਰ ਗੋਇਲ ਦੇ ਪਰਿਵਾਰਕ ਮੈਂਬਰਾਂ ਦੇ ਫੇਸਬੁੱਕ ਪੇਜ ਹੈਕ ਕਰ ਲਏ ਗਏ ਨੇ। ਦੱਸਦੀਏ ਕਿ ਲਿਵਿੰਗ ਇੰਡੀਆ ਨਿਊਜ਼ ਤੇ ਉਹਨਾਂ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮੇਰੀ ਪਤਨੀ ਸਮੇਤ ਭਰਜਾਈ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਫੇਸਬੁੱਕ ਪੇਜ ਹੈਕ ਕੀਤੇ ਗਏ ਨੇ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਮੈਨੂੰ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਤੇ ਇਸ ਦੇ ਚੱਲਦਿਆਂ ਹੁਣ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਫੇਸਬੁੱਕ ਪੇਜ ਹੈਕ ਕਰ ਲਏ ਗਏ ਨੇ। ਪੁਲਿਸ ਨੇ ਇਸ ਮਾਮਲੇ ਤੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰਾ ਕੀ ਕਹਿਣਾ ਚਾਹੁੰਦੇ, ਜਿਹੜੇ ਪਹਿਲਾਂ ਵੀ ਤੁਹਾਨੂੰ ਧਮਕੀਆਂ ਮਿਲੀਆਂ, ਹੁਣ ਫਿਰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੇਜ ਹੈਕ ਕਰ ਲਏ ਗਏ। ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਦੇ ਪੇਜ ਸਾਡੇ ਚੱਲਦੇ ਆ, ਮੇਰੇ ਪੀਏ ਦਾ, ਮੇਰੀ ਵਾਈਫ ਸੀਮਾ ਗੋਇਲ ਦਾ, ਸਾਡੀ ਭਰਜਾਈ ਕਾਂਤਾ ਗੋਇਲ ਦਾ, ਇਹ ਸਾਡੇ ਸਾਰੇ ਪੇਜ ਸੀ ਜਿਹੜੇ ਉਹ ਕਿਸੇ ਦੁਆਰਾ ਹੈਕ ਕਰ ਲਿੱਤੇ ਗਏ ਅਤੇ ਹੈਕ ਕਰਕੇ ਉਸ 'ਤੇ ਗਲਤ ਮਟੀਰੀਅਲ, ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਵਗੈਰਾ ਪਾਈਆਂ ਗਈਆਂ, ਜੋ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੈਨੂੰ ਧਮਕੀਆਂ ਵੀ ਮਿਲੀਆਂ, ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਹੁਣ ਇਹ ਪਤਾ ਨਹੀਂ ਕੌਣ ਲੋਕ ਨੇ ਇਸ ਪਿੱਛੇ ਵੀ ਕੀ ਇਲੈਕਸ਼ਨ ਸਟੰਟ ਹੈ, ਕੀ ਹੈ ਇਹ, ਵੀ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਬਹੁਤ ਮੰਦਭਾਗੀ ਹੈ। ਮੈਂ ਇਸ ਸੰਬੰਧ ਦੇ ਵਿੱਚ SSP ਸਾਹਿਬ ਨੂੰ ਸੂਚਿਤ ਕੀਤਾ ਸੀ ਅਤੇ SSP ਸਾਹਿਬ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਕਾਰਵਾਈ ਵੀ ਕੀਤੀ, ਪਰਚਾ ਵੀ ਦਰਜ ਕੀਤਾ ਹੈ। ਸੋ ਪੁਲਿਸ ਤਫਤੀਸ਼ ਕਰ ਰਹੀ ਹੈ। ਹਾਂਜੀ, ਸਾਨੂੰ ਇਹ ਦਰਖਾਸਤ ਮਿਲੀ ਸੀਗੀ MLA ਸਾਹਿਬ ਲਹਿਰਾ ਦੇ PA ਰਾਕੇਸ਼ ਗੁਪਤਾ ਜੀ ਵੱਲੋਂ। ਉਹਦੇ ਆਧਾਰ 'ਤੇ ਅਸੀਂ ਨੇ IT ਐਕਟ ਦੇ ਤਹਿਤ FIR ਦਰਜ ਕੀਤੀ ਹੈ ਅਤੇ ਅਸੀਂ ਵੀ ਤਫਤੀਸ਼ ਕਰ ਰਹੇ ਹਾਂਗੇ। ਇਹਦੇ 'ਚ ਜਿਹੜਾ PA ਆਪਣੇ ਰਾਕੇਸ਼ ਗੁਪਤਾ ਨੇ, ਉਹਨਾਂ ਦੀ ਅਤੇ MLA ਸਾਹਿਬ ਦੀ ਅਤੇ MLA ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਫੇਸਬੁੱਕ ਆਈ ਸੀ ਉਹ ਹੈਕ ਕੀਤੀ ਹੈ ਕਿਸੇ ਅਣਪਛਾਤੇ ਬੰਦੇ ਨੇ। ਉਹਦੇ ਸਾਹਮਣੇ ਸਾਨੂੰ ਜਿਹੜੀ ਐਪਲੀਕੇਸ਼ਨ ਮਿਲੀ ਹੈ ਉਹ 'ਤੇ FIR ਦਰਜ ਕਰਕੇ ਅਗਲੀ ਕਾਰਵਾਈ ਉਹਦੇ ਲੈਂਦੀ ਜਾ ਰਹੀ ਹੈ ਅਤੇ ਜਲਦੀ ਅਸੀਂ ਇਹਨੂੰ ਟ੍ਰੇਸ ਕਰ ਲਵਾਂਗੇ ਸਰ ਕੇਸ।